पापा जी की एक नस्म बोलनी सी, पर नस्म बहुत लंबी है ते और छोटी जी नस्म जो मैं हमें पक्षवाड़े को क्या है वो बोल रहा हूँ। जबता है कितने सी बहुत हो चुकी है ना बहसा, बहुत कर चुके संवाद, बहुत पढ़ चुके कवितावान, बस हूं आई जाओ आत्मा की कचहरी बिच अपने खिलाफ फैसला सुन ले। इतने से असि उस वेले जदों हवा च उड़ती अग ने लूहे सब घुगियां दे आलणे हत्थां च शनाख्ती सूचियां लेके, इतने से असि जदों इकले कारे सरों के फुल नूं पत्ती पत्ती कीता सी सूरां दे वगणे, इतने से असि मासूम चीकां जद डुब गईयां सन शोर विच ते ढोल दी ताल ते नची सी बेशर्म वहशत, ਇੱਥੇ ਸੀ ਅਸੀਂ ਜਦੋਂ ਕਾਲੀ ਹਨੇਰੀ ਲਾਹ ਕੇ ਲੈ ਗਈ ਸੀ ਸਿਰ ਤੋਂ ਗੁਲਾਬੀ ਚੁੰਨੀ ਤੇ ਗੋਰੀ ਚਾਨਣੀ ਪੈਰਾਂ ਹੇਠ ਵਿਛਕੀ ਸੀ ਫਰਿਆਦ ਬਣ ਕੇ। ਹਾਂ ਇੱਥੇ ਸੀ ਅਸੀਂ ਉਸ ਵੇਲੇ ਜਦੋਂ ਅਸਮਾਨ ਚੀਰਿਆ ਸੀ ਬੇਬਸੀ ਦੇ ਹੋਕੇ ਨੇ, ਹਵਾ ਦੀ ਇੱਕ ਬਿੰਨੀ ਸੀ ਪੁਰਲਾਉਂਦੀਆਂ ਪੂਜਾ ਨੇ, ਕੋਈ ਭਰੋਸਾ ਨਹੀਂ ਹੁੰਦੇ ਸ਼ਬਦ ਦਿਨਾਂ ਦਾ ਕਦੋਂ ਮੈਲਾ ਕਰਦੇ ਹਨ ਕਿਸੇ ਦੇ ਦੁੱਧ ਧੋਤੇ ਵਜੂਦ ਨੂੰ, ਬਾਗ ਦੇ ਮਾਲੀਆਂ ਦਾ ਵੀ ਕੀ ਭਰੋਸਾ, ਕਦੋਂ ਚੜਾ ਦੇਣ ਗੁਰਦੌਲੀ ਦੇ ਬੂਟੇ ਤੇ ਸੂਲੀਆਂ ਦੀ ਪਿਉਂਦ, ਰੰਗ ਬਿਰੰਗੀਆਂ ਤਿੱਤਲੀਆਂ ਦੀ ਕਬਰ ਹੈ ਸਾਡੇ ਅੰਦਰ, ਸੱਜਰੇ ਫੁੱਲ ਕੰਬ ਰਹੇ ਨੇ ਸਾਡੇ ਹੱਥਾਂ ਵਿੱਚ, ਪਤਾ ਨੀ ਕਿਵੇਂ ਝੱਲੀ ਜਾਂਦੀ ਹਾਂ ਕਟਹਿਰੇ ਵਿੱਚ ਖੜ ਕੇ ਝੁਕਣ ਦਾ ਦਰਦ, ਜ਼ਰੂਰੀ ਨਹੀਂ ਹੁੰਦਾ ਕਿ ਹਰ ਜ਼ਖਮ ਚੋਂ ਲਹੂ ਹੀ ਨਿਕਲੇ, ਸ਼ਬਦਾਂ ਤੇ ਬੋਲਾਂ ਦੀ ਇੱਜ਼ਤ ਤੋਂ ਪਰ ਹਰ ਜ਼ਖਮ ਦਾ ਇਤਿਹਾਸ ਹੁੰਦਾ ਹੈ ਜੋ ਲਿਖਿਆ ਜਾਂਦਾ ਹੈ ਸਭ ਰੂਹਾਂ ਦੇ ਵਰਕਿਆਂ ਉੱਤੇ, ਬਹੁਤ ਹੋ ਚੁੱਕੀਆਂ ਬਹਿਸਾਂ, ਬਹੁਤ ਕਰ ਚੁੱਕੇ ਸੰਵਾਦ, ਬਸ ਹੁਣ ਆਏ ਉਹ ਆਤਮਾ ਦੀ ਕਚਹਿਰੀ ਵਿੱਚ ਆਪਣੇ ਖਿਲਾਫ਼ ਫੈਸਲਾ ਸੁਣ ਲਿਆ।